250 ਪਟਵਾਰੀ ਦੀ ਜੋਬ ਵੈਕੈਂਸੀ ਅਨਾਊਂਸਮੈਂਟ ਹੋ ਚੁੱਕੀ ਹੈ। ਆਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਇਹਨਾਂ ਦਾ ਜਾਰੀ ਕਰ ਦਿੱਤਾ ਗਿਆ ਹੈ। ਅਤੇ ਮੈਂ ਕਾਫੀ ਆਪਣੀ ਵੀਡੀਓਜ਼ ਵਿੱਚ ਵੀ ਦੱਸਿਆ ਸੀ ਤੁਹਾਨੂੰ ਕਿ ਜਨਵਰੀ ਦੇ ਲਾਸਟ ਤੱਕ ਹੈ ਜਿਹੜੀ ਇਹ ਜੋਬ ਰਿਕਰੂਟਮੈਂਟ ਦੀ ਅਨਾਊਂਸਮੈਂਟ ਹੋ ਜਾਵੇਗੀ। ਅਤੇ ਇਸਦਾ ਸਿਲੇਬਸ ਅਤੇ ਸਭ ਤੋਂ ਵਧੀਆ ਬੁੱਕ ਕਿਹੜੀ ਨੇ ਪੰਜਾਬ ਪਟਵਾਰੀ ਦੇ ਇਗਜ਼ਾਮ ਨੂੰ ਕਲੀਅਰ ਕਰਨ ਵਾਸਤੇ, ਇਸ ਰਿਲੇਟਡ ਮੈਂ ਆਲਰੇਡੀ ਪਹਿਲਾਂ ਹੀ ਇੱਕ ਵੀਡੀਓ ਬਣਾ ਚੁੱਕਿਆ, ਉੱਪਰ ਆਈ ਬਟਨ 'ਤੇ ਤੁਹਾਨੂੰ ਵੀਡੀਓ ਸ਼ੋ ਹੋ ਰਹੀ ਹੈ ਅਤੇ ਉਸਨੂੰ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਆਪਾਂ ਸਿੱਧੀ ਗੱਲ ਕਰਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੀ। ਦੋਸਤੋ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ, ਇਸ ਵਿੱਚ ਟੋਟਲ 1152 ਜਿਹੜੀ ਅਸਾਮੀਆਂ ਦੀ ਨੋਟੀਫਿਕੇਸ਼ਨ ਰਿਲੀਜ਼ ਕੀਤੀ ਗਈ ਹੈ। ਅਤੇ ਇਸਦੀ ਅਪਲਾਈ ਕਰਨ ਦੀ ਡੇਟ 14/1/2021 ਤੋਂ ਲੈ ਕੇ 11/2/2021 ਤੱਕ 5 ਵਜੇ ਤੱਕ ਆਪਾਂ ਇਸ ਨੂੰ ਔਨਲਾਈਨ ਅਪਲਾਈ ਕਰ ਸਕਦੇ ਹਾਂ। ਇਸ ਪੋਸਟ ਨੂੰ ਤੁਸੀਂ ਔਨਲਾਈਨ ਮੋਬਾਈਲ 'ਤੇ ਵੀ ਅਪਲਾਈ ਕਰ ਸਕਦੇ ਹੋ, ਜਿਸਦਾ ਮੈਂ ਨੈਕਸਟ ਪਾਰਟ ਆਪਣੀ ਵੀਡੀਓ ਵਿੱਚ ਤੁਹਾਨੂੰ ਸਮਝਾ ਦੇਵਾਂਗਾ ਤੁਸੀਂ ਮੋਬਾਈਲ 'ਤੇ ਕਿਵੇਂ ਇਹ ਪੋਸਟ ਅਪਲਾਈ ਕਰ ਸਕਦੇ ਹੋ। ਅਤੇ ਨੈਕਸਟ ਗੱਲ ਕਰੀਏ ਆਪਾਂ ਇਹ ਕੈਟੇਗਰੀ ਹਿਸਾਬ ਨਾਲ ਜਿਹੜੀ ਵੰਡ ਕੀਤੀ ਹੋਈ ਆ ਪੋਸਟਾਂ ਦੀ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਇੱਥੇ ਆਪਾਂ ਚੈੱਕ ਕਰ ਸਕਦੇ ਜਨਰਲ ਕੈਂਡੀਡੇਟ ਦੀਆਂ ਪੋਸਟਾਂ 406 ਅਤੇ ਐਕਸ ਸਰਵਿਸ ਮੈਨ ਜਿਹੜੇ ਜਨਰਲ ਕੈਂਡੀਡੇਟ ਨੇ ਉਹਨਾਂ ਦੀਆਂ 117 ਪੋਸਟਾਂ ਨੇ। ਅਤੇ ਐਸਸੀ ਜਿਹੜੇ ਐਸਸੀ ਆਰਓ ਅਤੇ ਐਸਸੀ ਬੀਐਮ ਐਸ ਦੇ ਅੰਡਰ ਆਉਂਦੇ ਨੇ ਉਹਨਾਂ ਵਾਸਤੇ 117 ਅਤੇ 91 ਪੋਸਟਾਂ ਨੇ। ਅਤੇ ਜਿਹੜੇ ਬੀਸੀ ਨੇ ਟੋਟਲ 114 ਪੋਸਟਾਂ ਨੇ। ਅਤੇ ਐਕਸ ਸਰਵਿਸ ਮੈਨ ਜਿਹੜੇ ਐਸਸੀ ਜਨਰਲ ਵਾਸਤੇ ਇੱਥੇ ਆਪਾਂ ਚੈੱਕ ਕਰ ਸਕਦੇ ਕਿੰਨੀਆਂ ਕਿੰਨੀਆਂ ਪੋਸਟਾਂ ਨੇ। ਅਤੇ ਇਸ ਤੋਂ ਇਲਾਵਾ ਸਪੋਰਟਸਮੈਨ ਦਾ ਕੋਟਾ ਵੀ ਇਸ ਵਿੱਚ, ਅਤੇ ਫਰੀਡਮ ਫਾਈਟਰ ਦੀ ਵੀ 13 ਪੋਸਟਾਂ ਇਸ ਵਿੱਚ ਅਨਾਊਂਸਮੈਂਟ ਕੀਤੀ ਗਈਆਂ। ਏਜ ਲਿਮਿਟ ਦੀ ਗੱਲ ਕਰੀਏ, 21-37 ਸਾਲ ਦਾ ਜਨਰਲ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ, ਪਰ ਐਸਸੀ ਐਸਟੀ ਕੈਂਡੀਡੇਟ ਵਾਸਤੇ ਇਹਨਾਂ ਨੇ 5 ਸਾਲਾਂ ਦੀ ਛੋਟ ਇੱਥੇ ਦਿੱਤੀ ਗਈ ਹੈ ਏਜ ਇਲੈਕਸ਼ਨ ਦੇ ਥਰੂ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਅਤੇ ਦੋਸਤੋ ਸੈਲਰੀ ਦੀ ਗੱਲ ਕਰੀਏ, 10,300 ਤੋਂ ਲੈ ਕੇ 34,800 ਪਲੱਸ 3200 ਗ੍ਰੇਡ ਪੇ ਇਹਨਾਂ ਨੇ ਸੈਲਰੀ ਇੱਥੇ ਮੈਂਸ਼ਨ ਕੀਤੀ ਹੋਈ ਹੈ। ਅਤੇ ਕੌਣ ਕੌਣ ਇਸ ਨੂੰ ਅਪਲਾਈ ਕਰ ਸਕਦਾ? ਇੱਥੇ ਸਿਰਫ ਬੈਚਲਰ ਡਿਗਰੀ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ, ਯਾਨੀ ਤੁਸੀਂ ਬੀ ਏ, ਬੀ ਕੌਮ, ਬੀ ਐੱਸ ਸੀ ਜੋ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ। ਪਲੱਸ 120 ਘੰਟਿਆਂ ਦਾ ਜਿਹੜਾ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਆਪਣੇ ਕੋਲ ਹੋਣਾ ਚਾਹੀਦਾ। ਦੋਸਤੋ ਨੋਰਮਲੀ ਕਿਸੇ ਵੀ ਸੈਂਟਰ ਤੋਂ ਤੁਸੀਂ ਬਣਵਾ ਸਕਦੇ ਹੋ। ਅਤੇ ਇਸ ਤੋਂ ਇਲਾਵਾ 10ਵੀਂ ਆਪਾਂ ਨੂੰ ਪੰਜਾਬੀ ਸਬਜੈਕਟ ਨਾਲ ਪਾਸ ਹੋਣੀ ਲਾਜ਼ਮੀ ਹੈ, ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਇਸ ਫੋਰਮ ਨੂੰ ਅਪਲਾਈ ਕਰਨ ਦੀ ਜਨਰਲ ਕੈਂਡੀਡੇਟ ਵਾਸਤੇ ਫੀਸ ਹੈ ਜਿਹੜੀ ਜਨਰਲ ਅਤੇ ਓ ਬੀ ਸੀ ਕੈਂਡੀਡੇਟ ਵਾਸਤੇ ਇਹ 800 ਰੁਪਏ ਇਹਨਾਂ ਨੇ ਦੱਸੀ ਹੋਈ ਹੈ, ਅਤੇ ਜਿਹੜੇ ਐਸ ਸੀ ਐਸ ਟੀ ਕੈਂਡੀਡੇਟ ਨੇ ਉਹਨਾਂ ਵਾਸਤੇ 400 ਰੁਪਏ ਇਸ ਨੂੰ ਅਪਲਾਈ ਕਰਨ ਦੀ ਫੀਸ ਲੱਗੀ। ਐਂਡ ਪੰਜਾਬ ਪਟਵਾਰੀ ਦੇ ਇਗਜ਼ਾਮ ਰਿਲੇਟਡ ਜਿਹੜੀ ਇੰਪੋਰਟੈਂਟ ਬੁੱਕਸ ਨੇ ਉਹਨਾਂ ਦਾ ਲਿੰਕ ਮੈਂ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਆਲਰੇਡੀ ਦੇ ਦਿੱਤਾ ਹੈ, ਉੱਥੇ ਜਾ ਕੇ ਤੁਸੀਂ ਬੁੱਕਸ ਚੈੱਕ ਕਰ ਸਕਦੇ ਹੋ ਅਤੇ ਕਿਵੇਂ ਪਰਚੇਜ਼ ਕਰਨਾ ਇਹ ਵੀ ਸਮਝ ਸਕਦੇ ਹੋ। ਐਂਡ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।